ਜੀ ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਇਸ ਵੇਲੇ ਕਿ ਅਸੀਂ ਭਾਵੜਾ ਬਾਜ਼ਾਰ ਦੇ ਵਿੱਚ ਪਹੁੰਚੇ ਹਾਂ, ਔਰ ਭਾਵੜਾ ਬਾਜ਼ਾਰ ਦੇ ਵਿੱਚ ਇਹ ਲੋਕਲ ਤੁਸੀਂ ਕਹਿ ਲਓ ਕਿ ਤੰਦੂਰੀ ਜਿਹੜੀ ਹੈ ਬੇਕਰੀ ਦੀ ਆਈਟਮਸ ਜਿਹੜੀਆਂ ਨੇ ਉਹ ਤਿਆਰ ਹੁੰਦੀਆਂ ਨੇ। ਸਭ ਤੋਂ ਪਹਿਲੇ ਤੁਹਾਨੂੰ ਮਿਲਦੇ ਨੇ ਕਸ਼ਮੀਰੀ ਕੁਲਚੇ, ਉਸ ਤੋਂ ਬਾਅਦ ਮਿਲਦੀ ਹੈ ਖਤਾਈ, ਉਸ ਤੋਂ ਬਾਅਦ ਮਿਲਦੀ ਹੈ ਬਾਕਰਖਾਨੀ, ਠੀਕ ਹੈ ਜੀ। ਔਰ ਇਹ ਆਉਣਗੀਆਂ ਸਾਰੀਆਂ ਇਹਦੇ ਵਿੱਚ ਪੈਕ ਹੋ ਜਾਣਗੀਆਂ ਸ਼ੀਸ਼ੇ ਦੇ ਅੰਦਰ, ਹਾਲੇ ਉਹ ਬਣ ਰਹੀਆਂ ਨੇ, ਸੋ ਬਾਹਰ ਪਈਆਂ ਨੇ ਥੋੜ੍ਹਾ ਜਿਹਾ ਠੰਡਾ ਕਰਕੇ, ਔਰ ਇਹ ਸਾਰੀਆਂ ਇਸੇ ਤਰ੍ਹਾਂ ਤੈਅ ਲੱਗ ਜਾਣਗੀਆਂ ਸ਼ੀਸ਼ੇ ਦੇ ਅੰਦਰ। ਕਿਸ ਤਰੀਕੇ ਨਾਲ ਭਾਈ ਸਾਹਿਬ ਬਣਾ ਰਹੇ ਨੇ ਆਓ ਤੁਹਾਨੂੰ ਚੱਲਦੇ ਹਾਂ। ਸਾਰਾ ਵੈਸੇ ਬੇਸ 'ਤੇ ਜਿਹੜਾ ਪਲੇਨ ਫਲੋਰ, ਘਿਓ, ਠੀਕ ਹੈ ਜੀ, ਥੋੜ੍ਹਾ ਬਿਟ ਆਫ ਸੋਲਟ ਔਰ ਬੇਕਿੰਗ ਪਾਊਡਰ, ਸਾਰਾ ਕਮਾਲ ਇਹਨਾਂ ਤਿੰਨ ਚੀਜ਼ਾਂ ਦਾ ਹੀ ਹੁੰਦਾ ਹੈ। ਬਿਲਕੁਲ ਜਿਸ ਤਰ੍ਹਾਂ ਰੋਟੀ ਲਾਈ ਜਾਂਦੀ ਹੈ ਤੰਦੂਰ ਦੇ ਵਿੱਚ, ਉਸੇ ਤਰ੍ਹਾਂ ਹੀ ਇਹ ਬਾਕਰਖਾਨੀਆਂ ਜਿਹੜੀਆਂ ਨੇ ਉਹ ਲਾ ਰਹੇ ਨੇ। ਕੁਛ ਤੁਹਾਨੂੰ ਵਾਈਟ ਨਜ਼ਰ ਆ ਰਹੀਆਂ ਹੋਣਗੀਆਂ, ਕੁਛ ਬਿਲਕੁਲ ਗੋਲਡਨ ਹੋ ਚੁੱਕੀਆਂ ਨੇ। ਭਾਈ ਸਾਹਿਬ ਕਿੰਨੀ ਦੇਰ ਤੋਂ ਕਰ ਰਹੇ ਹੋ ਤੁਸੀਂ? ਤਕਰੀਬਨ ਇਸ ਦਾ 3-4 ਵਜੇ ਸੇ ਸ਼ੁਰੂ ਕੀਏ, 3 ਵਜੇ ਸੇ। ਜੀ ਜੀ, ਯੇ ਡੇਲੀ ਹਮ ਤਕਰੀਬਨ 300-400 ਡੇਲੀ ਲਗਾਤੇ ਹੈ। ਨਹੀਂ, ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ? ਬਾਗਰਾਨੀ ਕਾ? ਹਾਂ ਜੀ, ਯੇ ਮੁਝੇ ਹੋ ਗਏ ਤਕਰੀਬਨ 10-1 ਸਾਲ। 10 ਸਾਲ ਤੋਂ ਕਰ ਰਹੇ ਹੋ, ਵੈਰੀ ਗੁੱਡ ਜੀ। ਤੇ ਕਿੰਦਾ ਲੱਗਦਾ ਹੈ ਕਿ ਵੀ ਦੇਸੀ ਤਰੀਕੇ ਨਾਲ ਹੀ ਫਿਰ ਉਸੇ ਤਰ੍ਹਾਂ ਹੀ ਤਿਆਰ ਕਰ ਰਹੇ ਹੋ ਜਿਸ ਤਰ੍ਹਾਂ ਕਿ ਸਦੀਆਂ ਤੋਂ ਚੀਜ਼ ਚੱਲ ਰਹੀ ਹੈ, ਤਿਆਰ ਹੋ ਰਹੀ ਹੈ? ਜੀ ਜੀ, ਦੇਖਣ 'ਚ ਤਾਂ ਬਹੁਤ ਸਹੀ, ਅੱਛੀ ਲੱਗ ਰਹੀ ਹੈ। ਯੇ ਇਸਕਾ ਟੇਸਟ ਵੀ ਬਹੁਤ ਅੱਛਾ ਹੈ। ਯੇ ਹਮਾਰਾ ਡੇਲੀ ਤਕਰੀਬਨ 400-500 ਡੇਲੀ ਨਿਕਲ ਜਾਤੀ ਹੈ। 400-500 ਜੀ ਜੀ। ਔਰ ਇੱਕ ਪੀਸ ਕਿਤਨੇ ਕਾ ਜੀ? ਯੇ ਇੱਕ 20 ਕਾ ਹੈ, ਔਰ ਬੜੀ ਵਾਲੀ ਜੋ 25 ਕੀ ਹੈ। ਇਹ 25 ਦੀ ਹੈ? ਯੇ 25 ਕੀ ਹੈ ਬੜੀ, ਔਰ ਛੋਟੀ 20 ਕੀ ਹੈ। ਔਰ 400-500 ਤੁਸੀਂ ਡੇਲੀ ਜਿਹੜਾ ਹੈ ਜੀ ਉਹ ਕੱਢਦੇ ਹੋ। ਰੋਟੀ ਨਾਨ ਵੀ ਲੱਗਦਾ ਹੈ? ਰੋਟੀ ਨਾਨ 2 ਵਜੇ ਤੱਕ। ਅੱਛਾ, ਵਾਹ ਜੀ ਵਾਹ, ਡਬਲ ਸ਼ਿਫਟ ਹੈ, ਵਾਹ ਗੁੱਡ। ਇਹ ਦੇਖੋ ਜੀ, ਉਹ ਜਿਹੜਾ ਭਾਈ ਸਾਹਿਬ ਵੇਲ ਰਹੇ ਨੇ ਪਿੱਛੇ, ਤੁਸੀਂ ਦੇਖੋ ਕਿ ਪਲੇਨ ਫਲੋਰ ਜਿਹੜਾ ਮੈਦਾ ਹੈ ਉਹਦੇ ਪੇੜੇ ਕਰਕੇ ਉਹਨਾਂ ਨੇ ਰੱਖੇ ਹੋਏ ਨੇ। ਇਹ ਦੇਖੋ ਤੁਸੀਂ ਉਹ ਪੇੜੇ ਕੱਢ ਰਹੇ ਨੇ, ਨਾਲ ਥੋੜ੍ਹਾ ਥੋੜ੍ਹਾ ਪਲੈਥਨ ਲਾ ਰਹੇ ਨੇ, ਉਹ ਪਲੈਥਨ ਲਾ ਕੇ ਉਹਨੂੰ ਜਿਹੜਾ ਵੇਲੀ ਜਾ ਰਹੇ ਨੇ। ਵੇਲਦੇ ਵੇਲਦੇ ਫਿਰ ਉਹ ਇੱਕ ਸੁਰਾਖ ਬਣਾਉਂਦੇ ਨੇ। ਇਹ ਤੁਸੀਂ ਦੇਖੋ ਇਹ ਬਣ ਗਿਆ, ਔਰ ਉਸ ਤੋਂ ਬਾਅਦ ਕੱਟ ਲਾਉਂਦੇ ਨੇ ਇਹਦੇ 'ਚ। ਜਿਹੜਾ ਕੱਟ ਹੈ ਉਹ ਬੜੇ ਖੂਬਸੂਰਤ ਅੰਦਾਜ਼ ਨਾਲ ਲਾਇਆ ਜਾਂਦਾ ਕਿ ਤਾਂ ਕਿ ਫੁੱਲ ਕੇ ਪੇਟ ਨਾ ਬਣੇ। ਕਿਉਂ ਜੀ? ਪੇਟ ਨਾ ਬਣੇ ਬਾਕਰਖਾਨੀ ਦਾ, ਇਸ ਵਾਸਤੇ ਉਹਨੂੰ ਦਰਮਿਆਨ ਦੇ ਵਿੱਚੋਂ ਖਾਲੀ ਰੱਖਿਆ ਜਾਂਦਾ। ਇਹ ਪਾਣੀ ਦੇ ਵਿੱਚ ਦੁੱਧ ਵੀ ਪਾਇਆ ਹੋਇਆ? ਅੱਛਾ ਜੀ, ਮਿਲਕ ਪਾਊਡਰ ਜਿਹੜਾ ਉਹ ਇਹ ਘੋਲਿਆ ਹੋਇਆ ਇਹਦੇ ਵਿੱਚ। ਔਰ ਤੁਸੀਂ ਦੇਖੋ ਉਹਨਾਂ ਨੇ ਸੁਰਾਖ ਨੂੰ ਕਿਸ ਤਰੀਕੇ ਨਾਲ ਬਣਾ ਕੇ, ਔਰ ਨਾਲ ਦੀ ਨਾਲ ਜਿਹੜਾ, ਔਰ ਐਟਲੀਸਟ ਤੁਹਾਨੂੰ ਇਸ ਫਾਰਮ ਦੇ ਵਿੱਚ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਜਾਂਦੀ ਹੈ। ਫੋਰ ਐਡਿਕਟ ਜਿਹੜੇ ਲੋਕ ਖਾਣੇ ਜਿਹੜੇ ਨੇ ਜ਼ਿਆਦਾ ਪਸੰਦ ਕਰਦੇ ਨੇ ਉਹਨਾਂ ਵਾਸਤੇ। ਉਹ ਤੁਸੀਂ ਟ੍ਰੈਡੀਸ਼ਨ ਫੂਡ ਦੇਖ ਰਹੇ ਹੋ ਕਿੱਥੇ ਦਾ? ਰਾਵਲਪਿੰਡੀ ਦਾ, ਭਾਵੜਾ ਬਾਜ਼ਾਰ ਦੇ ਅੰਦਰ, ਜਿੱਥੇ ਪਾਵੜੇ ਹੁੰਦੇ ਸਨ ਜੀ। ਠੀਕ ਹੈ ਜੀ, ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ। ਕੀਪ ਵਾਚ, ਕੀਪ ਸ਼ੇਅਰ ਐਂਡ ਕੀਪ ਲੱਕ।